ओवर ग्रेजिंग बहुत ज़्यादा असी देखो ओवर ग्रेजिंग करवा दिने एनीमल्स कोलों, ठीक है। फिर नाल नाल इहदे तुहानूं मैं मेजर्स भी दसी जावां, ठीक है, दोनों कट्ठे कवर हो जाएंगे, अपना काम भी छेती हो जाएगा क्योंकि हले लैक्चर बहुत पिया वा। तो डीफोरेस्टेशन तो हो गया जंगलों नूं कटना, तो इहदा सोल्यूशन की है, अफोरेस्टेशन यानी कि पेड़ लगा दो ज़्यादा तो ज़्यादा, ठीक है। ओवर ग्रेजिंग की हो गया कि बहुत ज़्यादा ग्रेजिंग करवा दी है एनीमल्स नूं, ठीक है, तो उहदा की हो गया मैनेजमेंट ऑफ ग्रेजिंग लैंड, तो ग्रेजिंग लैंड नूं मैनेज कर दो। किद्दां मैनेज करांगे, पिछे जिहड़ा डाटा तुसीं अगर देखियो तो जिहड़ी ग्रेजिंग लैंड है 60-61 दे विच काफ़ी ज़्यादा मीनस की घट ज़्यादा सीगी, तो हुण उह घट गई आ, उहदी वजह क्यों? अगर हुण घट गई है तो हुण सारे जानवरां दा वर्त थोड़े ना रखा देना, फिर उहदा की करना, यानी कि उहदे ऑल्टर असीं उहनां नूं डायरैक्टली मीनस की ग्रेज नहीं करवावांगे, उहनां दी जगह ते तुहानूं वी पता अलग अलग तरह की फीड आ गई एनीमल्स की, एनीमल्स नूं फीड पाओ, ठीक है। तो ये की हो गया, तो उन्ना ही एरिया जिहड़ा लैंड दा उह ग्रेजिंग दे लई फिर घट यूज़ होएगा, तो ये की हो गया ग्रेजिंग मैनेजमेंट। नैक्सट आ गया माइनिंग एंड क्वेरिंग। क्वेरिंग तुहानूं पता है माइनिंग हुंदा वा कि उह खनिज पदार्थ वगैरह कढ़दे आ, तो उहदे नाल की हुंदा कि जमीन जिहड़ी उह काफ़ी क्वेरिंग, हांजी बच्चे मैं एक्सप्लेन कर रही हाँ, क्वेरिंग हुंदा वा ਜਿਹੜੇ ਆਪਾਂ ਤੁਸੀਂ ਤੁਹਾਨੂੰ ਰੇਤਾ ਕਿੱਥੋਂ ਮਿਲਦਾ ਘਰਾਂ ਨੂੰ ਬਣਾਉਣ ਦੇ ਲਈ, ਠੀਕ ਹੈ, ਰੇਤਾ ਵੀ ਤਾਂ ਕਿਤੇ ਲੈ ਕੇ ਆ ਰਹੇ ਹੋ, ਸਟੋਨਸ ਵੀ ਤਾਂ ਕਿਤੋਂ ਲੈ ਕੇ ਆ ਰਹੇ ਹੋ ਤੁਸੀਂ, ਉਹ ਕੁਐਰਿੰਗ ਦਾ ਹਿੱਸਾ ਆ ਜਾਂਦਾ, ਯਾਨੀ ਕਿ ਜ਼ਮੀਨ ਦੇ ਵਿੱਚੋਂ ਰੇਤਾ ਸਟੋਨ ਇਹੋ ਜਿਹੀਆਂ ਚੀਜ਼ਾਂ ਨੂੰ ਮੀਨਸ ਕਿ ਖਨਨ ਕਰਨਾ, ਇਹਨੂੰ ਉਤਖਨਨ ਬੋਲਦੇ ਹਾਂ ਆਪਾਂ ਹਿੰਦੀ ਦੇ ਵਿੱਚ ਆਈ ਥਿੰਕ, ਤੋਂ ਮਾਈਨਿੰਗ ਐਂਡ ਕੁਐਰਿੰਗ ਹੋ ਗਈ, ਠੀਕ ਹੈ। ਹੁਣ ਉਹਦੇ ਨਾਲ ਜਿਹੜੀ ਜ਼ਮੀਨ ਦੀ ਹੁਣ ਓਵਰ ਮਾਈਨਿੰਗ ਕਰੀ ਜਾ ਰਹੇ ਹੋ, ਓਵਰ ਕੁਐਰਿੰਗ ਕਰੀ ਜਾ ਰਹੇ ਹੋ, ਤਾਂ ਜ਼ਮੀਨ 'ਚ ਜਿਹੜੇ ਇਹ ਵਾਲੀ ਚੀਜ਼ਾਂ ਇਹਨਾਂ ਦੀ ਕਮੀ ਆ ਜਾਂਦੀ ਹੈ, ਠੀਕ ਹੈ, ਤਾਂ ਹੋਰ ਉਹਦੇ ਵਿੱਚ ਮਿਨਰਲਸ ਦੀ ਵੀ ਕਮੀ ਆ ਜਾਂਦੀ ਹੈ, ਠੀਕ ਹੈ। ਨੈਕਸਟ ਆ ਗਿਆ ਓਵਰ ਇਰੀਗੇਸ਼ਨ, ਬਹੁਤ ਜ਼ਿਆਦਾ ਤੁਸੀਂ ਮੀਨਸ ਕਿ ਇਰੀਗੇਸ਼ਨ ਪਾਣੀ ਦਾ ਬਹੁਤ ਜ਼ਿਆਦਾ ਜ਼ਮੀਨ 'ਤੇ ਯੂਜ਼ ਕਰ ਰਹੇ ਹੋ, ਹੈ ਨਾ, ਅਤੇ ਉਹਦੇ ਨਾਲ ਪਾਣੀ ਦਾ ਲੈਵਲ ਵੀ ਥੱਲੇ ਜ਼ਮੀਨ ਦੇ ਵਿੱਚ ਘੱਟ ਜਾਂਦਾ, ਤਾਂ ਉਹਦਾ ਹੁਣ ਸਲਿਊਸ਼ਨ ਕੀ ਆ? ਡ੍ਰਿਪ ਇਰੀਗੇਸ਼ਨ ਕਰੋ। ਆਈ ਥਿੰਕ ਤੁਸੀਂ ਦੇਖਿਆ ਵੀ ਹੋਣਾ ਮੈਕਸੀਮਮ ਆਫ ਦਾ ਬੱਚੇ ਆਈ ਥਿੰਕ ਖੇਤੀ ਦੇ ਨਾਲ ਵੀ ਰਿਲੇਟਡ ਹੋਣਗੇ ਆਪਣੇ, ਤਾਂ ਪਤਾ ਹੀ ਹੋਣਾ ਤੁਹਾਨੂੰ ਡ੍ਰਿਪ ਇਰੀਗੇਸ਼ਨ ਕਿੱਦਾਂ ਹੁੰਦੀ, ਸਪ੍ਰਿੰਕਲ ਕਰ ਦਿਓ ਪਾਣੀ, ਠੀਕ ਹੈ, ਖੇਤਾਂ ਦੇ ਵਿੱਚ, ਤੋ ਠੀਕ ਹੈ, ਸੋਰੀ ਮੇਰਾ ਨੀਚੇ ਧਿਆਨ ਮੈਸੇਜ 'ਤੇ ਚਲਾ ਗਿਆ ਸੀਗਾ, ਖੈਰ ਅੱਗੇ ਚੱਲਦੇ ਹਾਂ ਆਪਾਂ, ਠੀਕ ਹੈ। ਡ੍ਰਿਪ ਇਰੀਗੇਸ਼ਨ ਹੋ ਗਈ, ਸਪ੍ਰਿੰਕਲਸ ਕਰ ਲਓ, ਠੀਕ ਹੈ, ਤੋ ਓਵਰ ਇਰੀਗੇਸ਼ਨ ਦਾ ਇਹ ਸਲਿਊਸ਼ਨ ਹੈ। ਮਿਨਰਲ ਪ੍ਰੋਸੈਸਿੰਗ ਇੰਡਸਟਰੀਜ਼, ਠੀਕ ਹੈ, ਬਹੁਤ ਸਾਰੀਆਂ ਇੰਡਸਟਰੀਜ਼ ਆ ਜਿਹੜੀਆਂ ਜ਼ਮੀਨ ਦੇ ਵਿੱਚੋਂ ਮਿਨਰਲਸ ਵੀ ਨਿਕਾਲਦੀਆਂ ਵਾ, ਤਾਂ ਉਹਦੇ ਨਾਲ ਕੀ ਹੁੰਦਾ ਕਿ ਹੁਣ ਇੰਡਸਟਰੀਜ਼ ਵਗੈਰਾ, ਚਲੋ ਇਹ ਵੀ ਹੋ ਗਿਆ ਹੈ ਨਾ, ਮਿਨਰਲਸ ਆਏ ਤਾਂ ਮਾਈਨਿੰਗ ਵਾਲਾ ਹੀ ਚਲੋ ਆ ਗਿਆ ਪੋਰਸ਼ਨ, ਇੰਡਸਟਰੀਜ਼ ਬਹੁਤ ਸਾਰੀਆਂ ਸੈਟਅਪ ਕੀਤੀਆਂ ਜਾਂਦੀਆਂ ਵਾ ਜ਼ਮੀਨਾਂ ਨੂੰ ਕੱਟ ਕੱਟ ਕੇ ਜਾਂ ਫਿਰ ਖਾਲੀ ਜ਼ਮੀਨ 'ਤੇ, ਉਹਦਾ ਸਲਿਊਸ਼ਨ ਕੀ ਹੈ ਕਿ ਅਗਰ ਤੁਸੀਂ ਚਲੋ ਮਿਨਰਲਸ ਵਗੈਰਾ ਲਗਾਉਣੇ ਵੀ ਆ, ਤਾਂ ਸੋਰੀ ਇੰਡਸਟਰੀਜ਼ ਵਗੈਰਾ, ਸੋਰੀ ਮੈਂ ਥੋੜ੍ਹਾ ਕਨਫਿਊਜ਼ ਹੋ ਗਈ, ਇੰਡਸਟਰੀਜ਼ ਵਗੈਰਾ ਅਗਰ ਲਗਾਉਣੀ ਵੀ ਆ, ਤਾਂ ਇੱਕ ਉਹਦਾ ਇੱਕ ਸਲਿਊਸ਼ਨ ਕੱਢੋ ਨਾਲ ਨਾਲ। ਹੁਣ ਲਾਈਕ ਰੋਡਸ ਬਣਾਈਆਂ ਹੁਣ ਗਵਰਨਮੈਂਟ ਨੇ, ਠੀਕ ਹੈ, ਉਹਦੇ ਤੋਂ ਜਿਹੜੀਆਂ ਰੋਡਸ ਨੂੰ ਚੋਰੀ ਕਰਨ ਦੇ ਲਈ ਕੀ ਕੀਤਾ, ਸਾਈਡਾਂ 'ਤੇ ਜਿਹੜੇ ਦਰਖਤ ਲੱਗੇ ਸੀਗੇ ਉਹ ਸਾਰੇ ਕੱਟ ਦਿੱਤੇ, ਹੁਣ ਉਹ ਚੀਜ਼ ਨਹੀਂ ਕਰਨੀ ਚਾਹੀਦੀ ਆ। ਅਗਰ ਦਰਖਤ ਕੱਟੇ ਆ, ਰੋਡ ਨੂੰ ਦੁਬਾਰਾ ਬਣਾ ਕੇ ਉਹਦੇ ਸੈਂਟਰ ਵਾਲੇ ਪੋਰਸ਼ਨ 'ਚ ਸਾਈਡਾਂ 'ਤੇ ਦੁਬਾਰਾ ਦਰਖਤ ਲਗਾ ਦਿਓ। ਸ਼ੈਲਟਰ ਬੈਲਟ, ਸ਼ੈਲਟਰ ਬੈਲਟ ਦਾ ਮਤਲਬ ਹੀ ਇਹ ਹੁੰਦਾ ਵਾ ਕਿ ਪੇੜ ਲਗਾ ਦਿਓ ਸਾਈਡਾਂ 'ਤੇ, ਝਾੜੀਆਂ ਲਗਾ ਦਿਓ, ਠੀਕ ਹੈ, ਸ਼ਰਬਸ ਲਗਾ ਦਿਓ, ਹਰਬਸ ਲਗਾ ਦਿਓ, ਠੀਕ ਹੈ, ਥੋਰਨੀ ਬੁਸ਼ਿਸ ਲਗਾ ਦਿਓ, ਤਾਂ ਕਿ ਉਹ ਜਿਹੜੀਆਂ ਚੀਜ਼ਾਂ ਵਾ ਉਹ ਰਿਕਵਰ ਹੋ ਜਾਣ ਜਿਹੜੀਆਂ ਸਾਡੀਆਂ ਅਸੀਂ ਕਿਸੇ ਚੀਜ਼ ਨੂੰ ਸੈਟਅਪ ਕਰਨ 'ਤੇ ਲਗਾਈਆਂ ਸੀ। ਇਜ਼ ਦੈਟ ਕਲੀਅਰ? ਹਾਂ, ਚਲੋ ਜੀ ਅੱਗੇ ਚਲੀਏ ਫਿਰ। ਹਾਂਜੀ, ਹੁਣ ਆ ਜਾਓ ਐਗਰੀਕਲਚਰਲ ਡਿਵੈਲਪਮੈਂਟ 'ਤੇ। ਇਹ ਤਾਂ ਸਾਡਾ ਹੋ ਗਿਆ ਲੈਂਡ ਯੂਟੀਲਾਈਜੇਸ਼ਨ ਤੱਕ ਦਾ ਪੋਰਸ਼ਨ, ਠੀਕ ਹੈ, ਕਿ ਲੈਂਡ ਕਿੰਨੇ ਟਾਈਪ ਦੀ ਹੁੰਦੀ ਹੈ, ਅਸੀਂ ਉਹਨੂੰ ਯੂਟੀਲਾਈਜ਼ ਕਿੱਦਾਂ ਕਰਨਾ ਹੈ, ਠੀਕ ਹੈ, ਉਹਨੂੰ ਉਹਦੇ ਡੀਗ੍ਰੇਡੇਸ਼ਨ ਦੇ ਕਾਰਨ ਕੀ ਹੈ, ਅੱਗੋਂ ਉਹਦੇ ਰੈਮੇਡੀਅਲ ਮੈਜਰਸ ਕੀ ਹੈ, ਅਸੀਂ ਉਹਨੂੰ ਕਿੱਦਾਂ ਠੀਕ ਕਰ ਸਕਦੇ ਹਾਂ। ਹੁਣ ਆ ਗਿਆ ਐਗਰੀਕਲਚਰ ਦੇ ਬਾਰੇ, ਹੁਣ ਆਪਾਂ ਪੜ੍ਹਾਂਗੇ ਕਿ ਐਗਰੀਕਲਚਰ ਦਾ ਕੀ ਸਿਸਟਮ ਹੈ ਇੰਡੀਆ ਦੇ ਵਿੱਚ, ਕ੍ਰੋਪਸ ਬਾਰੇ ਪੜ੍ਹਾਂਗੇ, ਠੀਕ ਹੈ, ਤੋ ਚਲੋ ਸ਼ੁਰੂ ਕਰੀਏ ਫਿਰ। ਵੀ ਐਗਰੀਕਲਚਰ ਜਿਹੜਾ ਹੈਗਾ ਵਾ ਇਹ ਕਿਹੜਾ ਸੈਕਟਰ ਆ, ਪਿਛਲੀ ਕਲਾਸ 'ਚ ਵੀ ਦੱਸਿਆ ਸੀ ਆਪਾਂ ਇਹਨੂੰ ਪ੍ਰਾਇਮਰੀ ਸੈਕਟਰ ਬੋਲਦੇ ਹਾਂ। ਔਰ ਮੈਂ ਥੋੜ੍ਹੀ ਦੇਰ ਪਹਿਲਾਂ ਦੱਸ ਕੇ ਹਟੀ ਹਾਂ ਐਗਰੀਕਲਚਰ 'ਚ ਸਿਰਫ ਔਰ ਸਿਰਫ ਕਲਟੀਵੇਸ਼ਨ ਨਹੀਂ ਇੰਕਲੂਡ ਹੁੰਦੀ, ਸਿਰਫ ਔਰ ਸਿਰਫ ਖੇਤੀ ਨਹੀਂ ਆਉਂਦੀ ਹੈ, ਰੀਰਿੰਗ ਆਫ ਐਨੀਮਲਸ ਵੀ ਆਉਂਦਾ, ਭੇਡਾਂ ਬੱਕਰੀਆਂ ਮੱਝਾਂ ਗਾਵਾਂ ਪਾਲਣੀਆਂ, ਫਿਸ਼ਰੀ ਕਰਨਾ, ਮਧੂਮੱਖੀ ਪਾਲਣ, ਆਲ ਆਫ ਦੀਜ਼ ਐਕਟੀਵਿਟੀਜ਼ ਆਰ ਇੰਕਲੂਡਿਡ ਅੰਡਰ ਐਗਰੀਕਲਚਰ, ਠੀਕ ਹੈ। ਤੋ ਐਗਰੀਕਲਚਰਲ ਹੁਣ ਡਿਵੈਲਪਮੈਂਟ ਬਾਰੇ ਆਪਾਂ ਸ਼ੁਰੂ ਤੋਂ ਪੜ੍ਹਨ ਤੋਂ ਪਹਿਲਾਂ ਮਿਸਟਰ ਜੋਰਜ ਬੁਸ਼, ਜੋ ਕਿ
ਪ੍ਰੈਜ਼ੀਡੈਂਟ ਸੀਗੇ ਅਮਰੀਕਾ ਦੇ, ਉਹਨਾਂ ਨੇ ਐਗਰੀਕਲਚਰ ਬਾਰੇ ਕੁਝ ਵਰਡਸ ਕਹੇ ਨੇ, ਉਹ ਕਹਿੰਦੇ ਆ ਕਿ ਇਟ ਇਜ਼ ਅ ਮੋਸਟ ਹੈਲਪਫੁਲ, ਮੋਸਟ ਯੂਸਫੁਲ ਐਂਡ ਮੋਸਟ ਨੋਬਲ ਇੰਪਲੋਇਮੈਂਟ ਆਫ ਮੈਨ। ਬੰਦੇ ਦਾ ਸਭ ਤੋਂ ਜ਼ਿਆਦਾ ਨੋਬਲ ਜਿਹੜਾ ਕਾਰੋਬਾਰ ਹੈ, ਨੋਬਲ ਕੰਮ ਧੰਦਾ, ਉਹ ਐਗਰੀਕਲਚਰ ਹੀ ਹੈ। ਕਿਉਂ? ਕਿਉਂਕਿ ਇੱਥੋਂ ਫੂਡ ਗ੍ਰੇਨਸ ਆਉਂਦੇ ਆ, ਫੂਡ ਗ੍ਰੇਨ ਆਪਾਂ ਬੇਸਿਕਲੀ ਮੇਨ ਆਪਾਂ ਕੰਮ ਕਿਉਂ ਕਰ ਰਹੇ ਹਾਂ, ਖਾਣੇ ਦੇ ਲਈ ਹੀ ਤਾਂ ਕੰਮ ਕਰ ਰਹੇ ਹਾਂ, ਫੂਡ ਦੇ ਲਈ ਹੀ ਤਾਂ ਕੰਮ ਕਰ ਰਹੇ ਹਾਂ। ਫੂਡ ਸਾਡੀ ਹੈਲਥ ਦੇ ਲਈ ਵੀ ਅੱਛਾ ਹੈ, ਠੀਕ ਹੈ, ਸਾਡੇ ਲਈ ਯੂਜ਼ਫੁਲ ਵੀ ਹੈ। ਤਾਂ ਇਹ ਸਭ ਤੋਂ ਜ਼ਿਆਦਾ ਨੋਬਲ ਕਹਿੰਦੇ ਐਕਟੀਵਿਟੀ, ਜੋਰਜ ਵਾਸ਼ਿੰਗਟਨ ਕਹਿੰਦੇ ਨੇ ਕਿ ਬੰਦੇ ਦੀ ਸਭ ਤੋਂ ਜ਼ਿਆਦਾ ਨੋਬਲ ਐਕਟੀਵਿਟੀ ਜੋ ਹੈ, ਸਭ ਤੋਂ ਇੰਪੋਰਟੈਂਟ ਕੰਮ ਹੈ, ਉਹ ਐਗਰੀਕਲਚਰ ਹੀ ਹੈ। ਔਰ ਅਗਰ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦਾ ਜਿਹੜਾ 2/3 ਪੋਰਸ਼ਨ ਹੈ ਉਹਦੀ ਪਾਪੂਲੇਸ਼ਨ ਦਾ, ਕੰਟਰੀ ਦਾ, ਯਾਨੀ ਕਿ 52% ਜਿਹੜੇ ਇਨਸਾਨ ਨੇ ਇੰਡੀਆ ਦੇ, ਉਹ ਐਗਰੀਕਲਚਰਲ ਐਕਟੀਵਿਟੀਜ਼ ਦੇ ਵਿੱਚ ਹੀ ਮੀਨਸ ਕਿ ਰੁੱਝੇ ਹੋਏ ਨੇ। ਤਾਂ 52 ਤੋਂ ਘੱਟ ਕੇ ਆਈ ਥਿੰਕ ਇਹ 47 ਹੋ ਗਿਆ, ਥੋੜ੍ਹੀ ਦੇਰ ਪਹਿਲਾਂ ਵੀ ਦੱਸ ਕੇ ਹਟੀ, ਕਿਉਂਕਿ ਹੌਲੀ ਹੌਲੀ ਲੋਕ ਹੁਣ ਸੈਕੰਡਰੀ ਅਤੇ ਟਰਸ਼ਰੀ ਸੈਕਟਰ ਵੱਲ ਵੀ ਜਾ ਰਹੇ ਨੇ, ਠੀਕ ਹੈ, ਐਗਰੀਕਲਚਰ ਨੂੰ ਛੱਡ ਕੇ। ਔਰ ਜਿਹੜੀ ਐਗਰੀਕਲਚਰ ਹੈ, ਨੈਸ਼ਨਲ ਇਨਕਮ ਦੇ ਵਿੱਚ 29.0% ਹਿੱਸਾ ਦਿੰਦੀ ਹੈ। ਨੈਸ਼ਨਲ ਇਨਕਮ ਇਜ਼ ਐਨ ਇਕਨੋਮਿਕ ਟਰਮ, ਇਹ ਮੈਂ ਤੁਹਾਨੂੰ ਇਨ ਡਿਟੇਲ ਤਾਂ ਨਹੀਂ ਦੱਸਾਂਗੀ, ਬਟ ਡੈਫੀਨੇਟਲੀ ਆਈ ਵੁੱਡ ਲਾਈਕ ਟੂ ਕਲੀਅਰ ਦਾ ਟਰਮ ਓਵਰ ਹੇਅਰ। ਅਗਰ ਇਹ ਇੱਥੇ ਆਈ ਹੈ ਤਾਂ ਨੈਸ਼ਨਲ ਇਨਕਮ ਕੀ ਹੁੰਦੀ ਹੈ ਕਿ ਇੱਕ ਸਾਲ ਦੇ ਅੰਦਰ, ਠੀਕ ਹੈ, ਇੱਕ ਕਿਸੇ ਇੱਕ ਪਰਟੀਕੁਲਰ ਦੇਸ਼ ਦੇ ਅੰਦਰ, ਬਾਉਂਡਰੀ ਦੇ ਅੰਦਰ, ਸਾਡੇ ਦੇਸ਼ ਦਾ ਇੰਡੀਆ, ਸਿਰਫ ਔਰ ਸਿਰਫ ਇੰਡੀਆ ਦੇ ਅੰਦਰ ਇੱਕ ਸਾਲ ਦੇ ਅੰਦਰ ਜਿੰਨੀਆਂ ਵੀ ਗੁੱਡਸ ਐਂਡ ਸਰਵਿਸਿਸ, ਜਿੰਨੀਆਂ ਵੀ ਚੀਜ਼ਾਂ ਪ੍ਰੋਡਿਊਸ ਹੋਈਆਂ ਨੇ, ਜਿੰਨੀਆਂ ਵੀ ਸਰਵਿਸਿਸ ਪ੍ਰੋਡਿਊਸ ਹੋਈਆਂ ਨੇ, ਉਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜੀ ਇਨਕਮ ਹੋਈ ਹੈ ਉਹਦੇ ਟੋਟਲ ਨੂੰ ਅਸੀਂ ਬੋਲ ਦਿੰਦੇ ਹਾਂ ਨੈਸ਼ਨਲ ਇਨਕਮ। ਹੁਣ ਇਹਦੀ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਮੈਂ ਦੱਸਦਾ, ਪ੍ਰਾਇਮਰੀ, ਸੈਕੰਡਰੀ ਅਤੇ ਟਰਸ਼ਰੀ ਸੈਕਟਰ ਤੋਂ ਇੱਕ ਸਾਲ ਦੇ ਅੰਦਰ ਜਿੰਨੀ ਵੀ ਇਨਕਮ ਜਨਰੇਟ ਹੋਈ ਆ, ਪੂਰੀ ਦੀ ਪੂਰੀ ਜਨਸੰਖਿਆ ਨੇ ਮਿਲਾ ਕੇ, ਇੰਡੀਆ 'ਚ ਸਾਰੇ ਲੋਕਾਂ ਨੇ ਮਿਲਾ ਕੇ ਜਿੰਨੀ ਵੀ ਇਨਕਮ ਜਨਰੇਟ ਹੋਈ ਉਹਦੇ ਸਾਰੇ ਟੋਟਲ ਨੂੰ ਅਸੀਂ ਨੈਸ਼ਨਲ ਇਨਕਮ ਬੋਲ ਦਿੰਦੇ। ਫਿਲਹਾਲ ਲਈ ਤੁਸੀਂ ਇੰਨਾ ਕੁ ਸਮਝੋ, ਅਦਰਵਾਈਜ਼ ਇਟਸ ਅ ਵੈਰੀ ਡੀਪ ਟਰਮ, ਅਸੀਂ ਇੰਨਾ ਡੀਪ ਨਹੀਂ ਜਾਣਾ ਹੈਗਾ। ਸੋ ਆਪਾਂ ਹਾਲੇ ਐਗਰੀਕਲਚਰ ਦੇ ਬਾਰੇ ਪੜ੍ਹ ਰਹੇ ਹਾਂ, ਤਾਂ ਆਪਾਂ ਉਹੀ ਪੜ੍ਹਾਂਗੇ, ਠੀਕ ਹੈ। ਨੈਕਸਟ ਚੱਲਦੇ ਹਾਂ। ਹਾਂਜੀ, ਇੰਡੀਆ ਇਜ਼ ਅ ਸੈਕਿੰਡ ਇਨ ਦ ਵਰਲਡ ਇਨ ਕਰੋਪ ਆਊਟਪੁੱਟ ਨੈਕਸਟ ਟੂ ਚਾਈਨਾ, ਠੀਕ ਹੈ। ਚਾਈਨਾ ਤੋਂ ਬਾਅਦ ਇੰਡੀਆ ਨੰਬਰ 2 'ਤੇ ਆਉਂਦਾ ਜਿਹੜਾ ਮੈਕਸੀਮਮ ਫਸਲਾਂ ਦੀ ਪੈਦਾਵਾਰ ਕਰਦਾ ਹੈ। ਇਜ਼ ਦੈਟ ਕਲੀਅਰ? ਠੀਕ ਹੈ, ਫਸਲਾਂ ਦੀ ਪੈਦਾਵਾਰ 'ਤੇ ਇੰਡੀਆ ਨੰਬਰ 2 'ਤੇ ਆਉਂਦਾ ਹੈ, ਚਾਈਨਾ ਤੋਂ ਬਾਅਦ, ਚਾਈਨਾ ਟੌਪ ਕਰ ਰਿਹਾ ਵਾ। ਨੈਕਸਟ ਆਫ 1.4 ਸਕੇਅਰ ਕਿਲੋਮੀਟਰ ਆਫ ਲੈਂਡ ਇਨ ਇੰਡੀਆ ਇਜ਼ ਅੰਡਰ ਕਲਟੀਵੇਸ਼ਨ, ਇਹ ਆਪਾਂ ਦੱਸ ਚੁੱਕੇ ਹਾਂ। ਟੋਟਲ ਜਿਹੜੀ ਲੈਂਡ ਹੈਗੀ ਇੰਡੀਆ 'ਚ, ਠੀਕ ਹੈ, 32,267,263 ਸਕੁਏਅਰ ਕਿਲੋਮੀਟਰ ਲੈਂਡ ਬਣਦੀ ਹੈ, ਉਹਦੇ ਵਿੱਚੋਂ 1.4 ਸਕੁਏਅਰ ਕਿਲੋਮੀਟਰ ਜਿਹੜੀ ਲੈਂਡ ਆਉਂਦੀ ਹੈ ਉਹ ਜਿਹੜੀ ਹੈਗੀ ਕਲਟੀਵੇਸ਼ਨ ਦੇ ਅੰਡਰ ਆ। ਤੁਸੀਂ ਕਨਫਿਊਜ਼ ਨਹੀਂ ਹੋਣਾ ਹੈਕਟੇਅਰ ਸਕੁਏਅਰ ਕਿਲੋਮੀਟਰ, ਠੀਕ ਹੈ। ਸਕੁਏਅਰ ਕਿਲੋਮੀਟਰ ਮੈਂ ਤੁਹਾਨੂੰ ਦੱਸਿਆ, ਇੱਕ ਹੈਕਟੇਅਰ ਦੇ ਵਿੱਚ 10,000 ਸਕੁਏਅਰ ਕਿਲੋਮੀਟਰ ਹੁੰਦੇ ਆ। ਤਾਂ ਇੱਥੇ ਜਿਹੜਾ ਡਾਟਾ ਵਾ ਉਹ ਸਕੁਏਅਰ ਕਿਲੋਮੀਟਰ 'ਚ ਦਿੱਤਾ ਹੋਇਆ, ਪਿੱਛੇ ਡਾਟਾ ਵਾ ਉਹ ਤੁਹਾਨੂੰ ਜਿਹੜਾ ਵਾ ਹੈਕਟੇਅਰ 'ਚ ਦਿੱਤਾ ਹੋਇਆ ਸੀਗਾ, ਕਿਤੇ ਕਿਤੇ ਤੁਹਾਨੂੰ ਡਾਟਾ ਪਰਸੈਂਟੇਜ 'ਚ ਵੀ ਦੇ ਦਿੱਤਾ ਜਾਂਦਾ। ਤੋ ਡਰਨਾ ਨਹੀਂ ਆ, ਕਨਫਿਊਜ਼ ਨਹੀਂ ਹੋਣਾ, ਥੋੜ੍ਹਾ ਧਿਆਨ ਨਾਲ, ਠੀਕ ਹੈ, ਸਮਝ ਕੇ ਚੱਲਣਾ ਇਹ ਚੀਜ਼ਾਂ ਨੂੰ। ਨੈਕਸਟ ਇਜ਼ ਕਲਟੀਵੇਸ਼ਨ ਮੈਥਡਸ ਇਨ ਇੰਡੀਆ ਹੈਵ ਚੇਂਜ ਸਿਗਨੀਫਿਕੈਂਟਲੀ ਡਿਪੈਂਡਿੰਗ ਅਪੋਨ ਦਾ ਕਰੈਕਟਰਿਸਟਿਕਸ ਆਫ ਫਿਜ਼ੀਕਲ ਇਨਵਾਇਰਮੈਂਟ। ਇਹ ਤਾਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਇੰਡੀਆ ਦੇ ਵਿੱਚ ਜਿਹੜੇ ਕਲਟੀਵੇਸ਼ਨ ਮੈਥਡਸ ਆ ਉਹ ਚੇਂਜ ਹੋ ਚੁੱਕੇ ਨੇ ਆ, ਠੀਕ ਹੈ। ਤੋ ਅਗਲੀ ਸਲਾਈਡ 'ਤੇ ਜਾ ਕੇ ਦੇਖਦੇ ਹਾਂ ਕਿਹੜੇ ਕਿਹੜੇ ਮੈਥਡਸ ਨੇ, ਠੀਕ ਹੈ, ਇੰਡੀਆ ਦੇ ਵਿੱਚ ਕਲਟੀਵੇਸ਼ਨ ਦੇ। ਇਹਨਾਂ ਤਾਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ ਇੰਡੀਆ ਦੇ ਵਿੱਚ ਐਗਰੀਕਲਚਰ ਜਿਹੜੀ ਹੈਗੀ ਆ ਇਹ ਸਭ ਤੋਂ ਵੱਡਾ ਲਿਵਲੀਹੁੱਡ ਦਾ, ਮਤਲਬ ਕਿ ਲੋਕਾਂ ਦੀ ਕਮਾਈ ਦਾ ਸਾਧਨ ਵੀ ਹੈ। ਹਲੇ ਵੀ 47% ਜਿਹੜੀ ਪਾਪੂਲੇਸ਼ਨ ਉਹ ਐਗਰੀਕਲਚਰ 'ਤੇ ਡਿਪੈਂਡ ਹੈ, ਠੀਕ ਹੈ। ਤੋ ਇੰਡੀਆ ਦਾ ਹੁਣ ਜਿਹੜਾ ਸਿਸਟਮ ਹੈਗਾ ਵਾ ਐਗਰੀਕਲਚਰ ਦਾ, ਅਸੀਂ ਉਹਨੂੰ 3 ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ, ਠੀਕ ਹੈ। ਕਿੰਨੇ ਹਿੱਸਿਆਂ 'ਚ? 3 ਹਿੱਸਿਆਂ 'ਚ ਵੰਡ ਸਕਦੇ। ਸਭ ਤੋਂ ਪਹਿਲਾਂ ਇੱਕ ਪ੍ਰਿਮਿਟਿਵ ਸਬਸਿਸਟੈਂਸ ਫਾਰਮਿੰਗ, ਇੰਟੈਂਸਿਵ ਸਬਸਿਸਟੈਂਸ ਫਾਰਮਿੰਗ, ਸੋਰੀ ਟੰਗ ਸਲਿਪ ਹੋ ਰਹੀ ਹੈ, ਠੀਕ ਹੈ। ਨੈਕਸਟ ਇਜ਼ ਕਮਰਸ਼ੀਅਲ ਫਾਰਮਿੰਗ, ਠੀਕ ਹੈ। ਤੋ 3 ਤਰ੍ਹਾਂ ਦੀ ਫਾਰਮਿੰਗ ਇੰਡੀਆ ਦੇ ਵਿੱਚ ਹੁੰਦੀ ਹੈ। ਤੋ ਸਭ ਤੋਂ ਪਹਿਲਾਂ ਆ ਗਿਆ ਪ੍ਰਿਮਿਟਿਵ ਸਬਸਿਸਟੈਂਸ ਫਾਰਮਿੰਗ। ਸਬਸਿਸਟੈਂਸ ਦਾ ਮਤਲਬ ਕੀ ਹੁੰਦਾ ਵਾ? ਗੁਜ਼ਾਰਾ ਕਰਨਾ, ਠੀਕ ਹੈ। ਪ੍ਰਿਮਿਟਿਵ ਮਤਲਬ ਪ੍ਰਾਇਮਰੀ ਤੌਰ 'ਤੇ, ਫਾਰਮਿੰਗ ਮਤਲਬ ਖੇਤੀ। ਤੋ ਯਾਨੀ ਮਤਲਬ ਆਪਣਾ ਗੁਜ਼ਾਰਾ, ਠੀਕ ਹੈ, ਪਰਸਨਲ ਆਪਣੇ ਗੁਜ਼ਾਰੇ ਜੋਗਾ ਮੀਨਸ ਕੀ ਕਰਨਾ।
तो सब तो पहला हुण किया गया असी की करते हैं कि सस्टेन करन दे लई अपनी फैमिली नूं सिर्फ अपने गुजारे दे लई खेती कर रहे हैं। एक छोटा जिहा कह लो जमीन का टुकड़ा वा किसी इंसान दे कोल, ठीक है, वह इत्थे सिर्फ और सिर्फ खेती जो कर रहा कि इहदी हैल्प दे नाल ट्रडिशनल जिहड़े हैगे आ साडे मीनस के ट्रडिशनल जिहड़े टूल्स हुंदे सीगे एग्रीकल्चर दे विच यूज़ हुंदे सीगे, कोई मीनस की मॉडर्न टेक्नोलॉजी नहीं यूज़ हो रही आ, ठीक है, तो उन्हों असी बोल दिन्ने आ सबसिस्टेंस फार्मिंग, यानी कि असी इहदे विच असी की कुदाल खुरपी वगैरह इहो जिहियां चीज़ां दे नाल यानी कि नो कोई ट्रैक्टर वगैरह नहीं यूज़ हो रही। जिदा सपोज करो एग्जाम्पल कह लो कि थोड़े थोड़ा अपना कोई परसनल प्लाट है थोड़े घर के लागे, तो तुसी उहदे विच अपने आप खेती कर रहे हो अलग अलग चीज़ा तो खुद ही यूज़ कर रहे हो। अगर माड़ा मोटा कितने कोई चीज़ तुसी बच गई है एक्सट्रा मीनस की उगा ली है तो तुसी बेच दिता, तो उन्हों असी प्रिमिटिव सबसिस्टेंस फार्मिंग बोलते हैं। तो इनू असी स्लैश एंड बर्न फार्मिंग भी बोलते हैं। ये की होंगे स्लैश एंड बर्न की बोलते हैं, जोड़ा एंड च रेजिड्यू जोड़ा खेत च बचता वा उन्हों ये की करते क्योंकि बहुत छोटा एरिया होंगे उन्होंने जला देंगे। जलाते क्यों आ, वैसे तो जलाना गलत है, वो गलत किना दे लई है जिन्हों को बहुत व्डे व्डे पोर्शन है जमीन के, तो वह एनवायरमेंट उन्होंने खराब कर रहा वा। अगर छोटे पोर्शन नू जला रहे हैं तो फिर कोई इन्नी दिक्कत वाली गल नहीं हुंदी हैगी है ना। तो जलांदे क्यों आ, तां कि जिहड़े खेती करन दे नाल जमीन दे विच मिनरल्स वगैरह की कमी हो गई आ वो पूरी कर सकी है ना। तो एक मैं थोनू वैजीटेशन वाले लैसन च ह्यूमस वर्ड भी दस्या सीगा, उहदे विच की हुंदा वा कि जिहड़ा बचिया खुचिया हुंदा पेड़ां दे पत्ते गिर जांदे आ है ना, फसलां दे पत्ते जिहड़े बच जांदे आ ਉਹਨੂੰ ਉੱਥੇ ਜ਼ਮੀਨ ਦੇ ਉੱਪਰ ਹੀ ਗਿਰਿਆ ਰਹਿਣ ਦਿਉ ਤਾਂ ਇੱਕ ਪੁਆਇੰਟ 'ਤੇ ਉਹਦੀ ਜਾ ਕੇ ਖਾਦ ਬਣ ਜਾਂਦੀ ਆ, ਤਾਂ ਫਰਦਰ ਉਹਦੇ ਨਾਲ ਜਿਹੜੀ ਜ਼ਮੀਨ ਦੀ ਫਰਟੀਲਿਟੀ ਆ ਉਹ ਵੱਧ ਜਾਂਦੀ ਆ, ਠੀਕ ਹੈ। ਉਹੀ ਚੀਜ਼ ਜਿਹੜੀ ਇੱਥੇ ਹੁੰਦੀ ਹੈ ਸਲੈਸ਼ ਐਂਡ ਬਰਨ ਦੇ ਵਿੱਚ, ਠੀਕ ਹੈ। ਹੁਣ ਇੱਕ ਇੱਥੇ ਹੋਰ ਇੰਪੋਰਟੈਂਟ ਪੁਆਇੰਟ ਤੁਹਾਨੂੰ ਦੱਸੂੰਗੀ, ਇਹਦਾ ਕੁਐਸਚਨ ਵੀ ਬਣ ਜਾਂਦਾ ਵੈ। ਨੌਰਥ ਈਸਟ ਦੇ ਵਿੱਚ ਸਲੈਸ਼ ਐਂਡ ਵਰਮ ਨੂੰ ਝੂਮਿੰਗ ਬੋਲਦੇ ਆ, ਠੀਕ ਹੈ, ਝੂਮਿੰਗ, ਗੋਟ ਇਟ। ਤੋ ਜਿਹੜੀ ਇਹ हाँ प्रिमिटिव सबसिस्टेंस जिहड़ी फार्मिंग हुंदी है डिपेंड करती है मॉनसून ते, ठीक है, यानी कि इहदे विच ज़्यादातर जिहड़ा फार्मर हुंदा क्योंकि वह छोटा समॉल फार्मर हुंदा वा तो अपने लिए मीनस कि स्पैशल कोई इरीगेशन की एफर्ट नहीं करता, तो मॉनसून ते डिपेंड करता है। नैचुरल फर्टिलिटी ऑफ सॉयल वो कोई मीनस कि कोई ज़्यादा फर्टिलाइजर्स नहीं यूज़ कर रहा, जो जमीन की फर्टिलिटी हैगी ही यूज़ कर रहा वा, ठीक है, और नैचुरल वे दे नाल चीज़ां नूं उगा रहा। तो ये होगी प्रिमिटिव सबसिस्टेंस फार्मिंग, गॉट इट, समझ लग गया। सेकंड आ जाओ इंटेंसिव सबसिस्टेंस फार्मिंग, ये की हो गया कि ये जड़ा हुंदी आ फार्मिंग ये थोड़े जे हाई पॉपुलेशन वाले एरिया दे विच हुंदी आ, ठीक है, जिथे मीनस कि असी पॉपुलेशन की डिमांड नू पूरा करना वा। तो ये जड़ी हुंदी लेबर इंटेंसिव फार्मिंग हुंदी, उपर जड़ी प्रिमिटिव सीगी उहदे विच अपनी फैमिली मैंबर ही आपे आके खेती खुती कर लेंदे आ, गुडाई वगैरह कर लेंदे आ, है ना, फसलों की केयर कर लेंदे। इहदे विच थोड़ी जी लेबर की लोड़ हुंदी, थोड़ा जा कह लो जमीन का वड्डा पोर्शन हुंदा वा, तो बंदा जड़ा अपनी जरूरत तो बाहर मीनस कि बेचना भी चाहता वा फरदर अपनी फसल नूं अपनी चीज़ों है ना। तो ये इंटेंसिव सबसिस्टेंस फार्मिंग होंगी है, ये हाई डोज ऑफ बायोकैमिकल इनपुट्स यानी कि फर्टिलाइजर वगैरह भी यूज़ करते हैं, इरीगेशन भी यूज़ करते हैं, ट्यूबवैल वगैरह तो पता ही है जोड़े भी तरीके होंगे इरीगेशन के वो यूज़ करते हैं, ठीक है, हायर प्रोड्यूस के लिए ईवन हाई यील्डिंग वरायटी सीड्स की भी इस्तेमाल कर लेंगे ने, ठीक है। तो नैक्सट स्लाइड से चलते हैं पहला, हाँ जी, नैक्सट आ गया कमर्शियल फार्मिंग, एक सेकेंड, कमर्शियल फार्मिंग चों देखो की आ गया